ਬਨਾਰੇ ਵਾਲਾ ਬੁੱਗਾ ਕਬੱਡੀ ਪਾ ਰਿਹਾ ਹੈ ਅਤੇ ਜਤਿੰਦਰ ਜੀਤੂ ਸਾਡਾ ਵੀਰ ਐਲਾਨ ਕਰਦਾ ਹੋਇਆ ਅਗਲੇ ਸਾਲ ਦਸਤਰੇ ਦੋ ਅਰਧੋ ਵੱਡੀਆਂ ਦਿੱਤੀਆਂ ਜਾਣੀਆਂ ਅਤੇ ਬੱਬੂ ਮਾਨ ਦਾ ਖੁੱਲਾ ਮਾਰਾ ਹੋਣਾ ਹੈ ਤੇ ਦੇਖੋ ਸਾਹਮਣੇ ਦੀਪਾ ਨੌਜਵਾਨ ਨਹੀਂ ਰੱਖ ਸਕਦੇ ਗੁਰਪ੍ਰੀਤ ਸਿੰਘ ਜੀ ਸਰਪੰਚ ਢੀਰ ਸਾਹਿਬ ਉਹਨਾਂ ਵੱਲੋਂ 500 ਰੁਪਏ ਦੇ ਵੱਡੇ ਮਾਣ ਪੰਜਾਬੀ ਮਾਂ ਬੋਲੀ ਤੋਂ ਖੁਸ਼ ਹੋ ਕੇ ਕੀਤੇ ਗਏ ਹੈ ਸਰਦਾਰ ਉਧਰ ਮੈਡਮ ਬਿਮਲਾ ਦੇਵੀ ਸਰਪੰਚ ਜੀ ਆਰਨਗਰ ਉਹ ਵੀ 500 ਦਾ ਮਾਨ ਸਨਮਾਨ ਕਰ ਰਹੇ ਹੈ ਇਧਰ ਸਾਡਾ ਵੀਰ ਗੁਰਪ੍ਰੀਤ ਢੀਰ ਸਾਹਿਬ ਸਰਪੰਚ ਸਾਹਿਬ ਉਹ ਵੀ ਵੱਡਾ ਮਾਨ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਉਧਰ ਕਹਿੰਦੇ ਵੀ ਗੁਰਪ੍ਰੀਤ ਸਰਪੰਚ ਜੇਕਰ ਰਵੀ ਨੂੰ ਕੋਈ ਜਫਾ ਲਾਉਂਦਾ ਹੈ ਤਾਂ ਗੁਰਪ੍ਰੀਤ ਸਿੰਘ ਜੀ ਢੀਰ ਸਾਹਿਬ ਸਰਪੰਚ ਸਾਹਿਬ ਉਹਨਾਂ ਵੱਲੋਂ ਵੀ 500 ਦਿੱਤਾ ਜਾਣਾ ਹੈ ਗੁਰਪ੍ਰੀਤ ਸਿੰਘ ਢੀਰ ਸਾਹਿਬ ਦਾ ਬਹੁਤ ਬਹੁਤ ਉਧਰ 500 ਜਤਿੰਦਰ ਵੱਲੋਂ ਹੋਰ ਲੱਗ ਗਿਆ 4500 ਰੁਪਇਆ ਤੇ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਮਨਾਰੇ ਵਾਲਾ ਬੁੱਗਾ ਕਬੱਡੀ ਪਾ ਰਿਹਾ ਉਧਰ ਬਾਈ ਬਹੁਤ ਤਕੜਾ ਮੈਚ ਚੱਲ ਰਿਹਾ ਦੋਨੋਂ ਟੀਮਾਂ ਦੇ ਦਰਮਿਆਨ ਉਧਰ ਵੇਖੋ ਮੈਦਾਨ ਦੇ ਵਿੱਚ ਮਨੋਜ ਅਤੇ ਦੂਜੇ ਪਾਸੇ ਬੁੱਗਾ ਮਨਾਰੇ ਵਾਲਾ ਤੇ ਇਹ ਮਨਾਰੇ ਵਾਲਾ ਬੁੱਗਾ ਗੁਰਜੀਤ ਜੀ